ਨਮਸਕਾਰ ਦੋਸਤੋ, ਸਰਦ ਕੇਸੀ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਾਜੀਵ ਦਾਵੜਾ। ਇੱਕ ਬਹੁਤ ਹੀ ਵਧੀਆ ਚੀਜ਼ ਸਾਹਮਣੇ ਆਈ ਸੀ ਤਾਂ ਜ਼ਰੂਰ ਤੁਹਾਡੇ ਤੱਕ ਸ਼ੇਅਰ ਕਰਨੀ ਸੀ, ਜ਼ਰੂਰੀ ਸਮਝੀ ਹੈ। ਫਾਜ਼ਿਲਕਾ ਦਾ ਨਾਮ ਹਮੇਸ਼ਾ, ਜੋ ਫਾਜ਼ਿਲਕਾ ਦੇ ਨੌਜਵਾਨ ਨੇ, ਯੁਵਾ ਨੇ, ਉਹ ਫਾਜ਼ਿਲਕਾ ਦਾ ਨਾਮ ਹਮੇਸ਼ਾ ਚਮਕਾਉਂਦੇ ਹੈ ਅਤੇ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹੈ। ਉਸ ਦੇ ਵਿੱਚ ਕੋਸ਼ਿਸ਼ ਹੀ ਨਹੀਂ, ਹਮੇਸ਼ਾ ਜਿਹੜਾ ਹੈ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਉਹ ਅੱਗੇ ਪਹੁੰਚੇ ਵੀ ਨੇ। ਤਾਂ ਫਾਜ਼ਿਲਕਾ ਦਾ ਇੱਕ ਨੌਜਵਾਨ ਯੁਵਾ ਜੋ ਸਿਰਫ 17 ਸਾਲ ਦਾ, ਨਾਮ ਸੁਗਰੀਵ ਹੈ ਉਹਦਾ, ਅਤੇ ਫਾਜ਼ਿਲਕਾ ਦਾ ਨਿਵਾਸੀ ਹੈ। ਫਾਜ਼ਿਲਕਾ ਹੈਲਥ ਕਲੱਬ ਹੈ, ਫਰੈਂਡਸ ਹੈਲਥ ਕਲੱਬ ਜਿਮ ਹੈ, ਜੋ ਡੈੱਡ ਰੋਡ 'ਤੇ ਬੜੀ ਪੁਰਾਣੀ ਜੋ ਇੱਥੇ ਜਿਮ ਹੈ। ਰਾਜੀਵ ਚੋਪੜਾ ਜੀ ਉਹਦੇ ਮੇਨ ਕੋਚ ਨੇ, ਸੰਚਾਲਕ ਨੇ, ਉਹਨਾਂ ਦੇ ਵੱਲੋਂ ਇਹ ਜਿਮ ਚਲਾਈ ਜਾ ਰਹੀ ਹੈ। ਅਤੇ ਫਾਜ਼ਿਲਕਾ ਦੇ ਵਿੱਚ ਜਦੋਂ ਵੀ ਕੋਈ ਨਾ ਕੋਈ ਵੀ ਇਵੈਂਟ ਹੁੰਦਾ ਤਾਂ ਉਸ ਇਵੈਂਟ ਦੇ ਵਿੱਚ ਉਹਨਾਂ ਦੇ ਵੱਲੋਂ ਉਸ ਜੋ ਹੈਗੇ ਆ ਉੱਥੇ ਆਪਣੇ ਬੌਂਸਰ ਲਗਾਏ ਜਾਂਦੇ ਆ। ਤਾਂ ਤੁਸੀਂ, ਉਹ ਦਿੱਲੀ ਗਿਆ ਸੀਗਾ, ਉੱਥੇ ਬੋਡੀ ਬਿਲਡਿੰਗ ਦਾ ਇੱਕ ਕੰਪੀਟੀਸ਼ਨ ਸੀ, ਉਸ ਦੇ ਵਿੱਚ ਉਹਨੇ ਫਸਟ ਪ੍ਰਾਈਜ਼ ਜੋ ਜਿੱਤਿਆ, ਨਾਲ ਗੋਲਡ ਮੈਡਲ ਲੈ ਕੇ ਉਹ ਫਾਜ਼ਿਲਕਾ ਪਰਤੇ ਨੇ। ਤਾਂ ਪੂਰੇ ਜਿਮ ਦਾ ਨਾਮ ਜਿਹੜਾ ਉਹਨਾਂ ਨੇ ਰੋਸ਼ਨ ਕੀਤਾ, ਨਾਲ ਹੀ ਫਾਜ਼ਿਲਕਾ ਦਾ ਵੀ ਨਾਮ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਉੱਥੇ ਲਿਖਾਇਆ। ਦਿੱਲੀ ਦੇ ਵਿੱਚ ਉਹਨਾਂ ਨੇ ਬਹੁਤ ਹੀ ਅੱਛੀ ਪ੍ਰਚੋਗਤਾ ਜੋ ਉੱਥੇ ਕੀਤੀ ਹੈ ਉਹ ਜਿੱਤੇ ਨੇ। ਤਾਂ ਉਹਨਾਂ ਨੇ ਜੋ ਲਿਫਟਿੰਗ ਉੱਥੇ ਕੀਤੀ ਸੀ ਉਹ ਹੁਣ ਆਪਾਂ ਨੂੰ ਇੱਥੇ ਕਰਕੇ ਦਿਖਾ ਰਹੇ ਹੈ। 1 ਕੁਇੰਟਲ 30 ਕਿਲੋ ਵੇਟ ਜੋ ਉਹਦਾ ਸੀਗਾ ਉਹ ਉਹਨਾਂ ਨੇ ਉੱਥੇ ਚੱਕ ਕੇ ਵਿਖਾਇਆ ਸੀਗਾ, ਅਤੇ ਹੁਣ ਉਹ ਲਾਈਵ ਤੁਹਾਨੂੰ ਚੱਕ ਕੇ ਦਿਖਾਉਣਗੇ, ਜਿਸ ਦੇ ਨਾਲ ਉਹਨਾਂ ਨੂੰ ਫਸਟ ਪ੍ਰਾਈਜ਼ ਮਿਲਿਆ, ਨਾਲ ਹੀ ਜਿਹੜਾ ਗੋਲਡ ਮੈਡਲ ਵੀ ਉਹ ਜਿੱਤ ਕੇ ਫਾਜ਼ਿਲਕਾ ਦੀ ਝੋਲੀ ਵਿੱਚ ਲੈ ਕੇ ਆਏ ਨੇ। ਤਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਵੱਲੋਂ ਜੋ ਪਰਫੋਰਮੈਂਸ ਉੱਥੇ ਕੀਤੀ ਗਈ ਸੀ, ਹੁਣ ਉਹ ਫਾਜ਼ਿਲਕਾ ਵੀ ਇੱਥੇ ਜਿਮ ਦੇ ਵਿੱਚ ਆਪਾਂ ਨੂੰ ਕਰਕੇ ਦਿਖਾਉਣਗੇ। ਹਾਂਜੀ, ਤਾਂ ਉਸਤਾਦ ਜੀ ਦਾ ਉਹਨਾਂ ਨੇ ਆਸ਼ੀਰਵਾਦ ਲਿਆ। ਤਾਂ ਤੁਸੀਂ ਦੇਖ ਰਹੇ ਹੋ ਜੋ ਦਿੱਲੀ ਦੇ ਵਿੱਚ ਪਰਫੋਰਮ ਉਹਨਾਂ ਨੇ ਕੀਤਾ ਉਹ ਲਾਈਵ ਫਾਜ਼ਿਲਕਾ ਦੇ ਵਿੱਚ ਵੀ ਉਹ ਕਰਕੇ ਦਿਖਾ ਰਹੇ ਆ। ਫਸਟ ਪ੍ਰਾਈਜ਼ ਜੋ ਉਹ ਜਿੱਤੇ ਸੀਗੇ ਤਾਂ ਇਹ ਬੜੀ ਮਾਣ ਵਾਲੀ ਗੱਲ ਹੈ ਫਾਜ਼ਿਲਕਾ ਵਾਸੀਆਂ ਲਈ ਅਤੇ ਰਾਜੀਵ ਚੋਪੜਾ ਜੀ ਲਈ, ਜੋ ਉਹਨਾਂ ਦੇ ਵੱਲੋਂ ਇਹ ਸਟੂਡੈਂਟ ਤਿਆਰ ਕੀਤੇ ਜਾਂਦੇ ਆ, ਨਸ਼ਿਆਂ ਤੋਂ ਦੂਰ ਰੱਖਿਆ ਜਾਂਦਾ। ਬੜਾ ਇੱਕ ਸੁਨੇਹਾ ਜੋ ਮੈਸੇਜ ਉਹਨਾਂ ਵੱਲੋਂ ਹਮੇਸ਼ਾ ਦਿੱਤਾ ਜਾਂਦਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ। ਅਤੇ ਸਿਰਫ 17 ਸਾਲ ਦਾ ਇਹ ਨੌਜਵਾਨ ਹੈ ਜਿਸ ਦੇ ਵੱਲੋਂ ਇਹ ਪ੍ਰਤੀਯੋਗਤਾ ਉੱਥੇ ਜਿੱਤੀ ਗਈ ਹੈ ਅਤੇ ਫਸਟ ਪ੍ਰਾਈਜ਼ ਜੋ ਹੈ ਗੋਲਡ ਮੈਡਲ ਲਿਆਇਆ ਗਿਆ ਉਹ ਫਾਜ਼ਿਲਕਾ ਦੀ ਝੋਲੀ ਵਿੱਚ ਪਾਇਆ। ਹਾਂਜੀ ਸਰ, ਕੀ ਕਹਿਣਾ ਚਾਹੋਗੇ? ਤੁਹਾਡਾ ਜੋ ਸਟੂਡੈਂਟ ਹੈ ਉਹ ਦਿੱਲੀ ਪਹੁੰਚਿਆ ਅਤੇ ਉਹਨੇ ਨਾਮ ਤੁਹਾਡਾ ਰੋਸ਼ਨ ਕੀਤਾ। ਮੈਂ ਕਹਿੰਦਾ ਜੀ ਫਾਜ਼ਿਲਕਾ ਦੇ, ਮੈਂ ਫਾਜ਼ਿਲਕਾ ਦੇ ਕੀ ਪੰਜਾਬ ਦੇ ਹਰ ਬੰਦੇ ਸਟੂਡੈਂਟ ਨੂੰ ਇਹ ਕਹਾਂਗਾ ਵੀ ਆਪਦੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਜੀ, ਨਸ਼ਾ ਤੋਂ ਦੂਰ ਰਹਿ ਕੇ ਜਿੰਮਾਂ ਜੁਆਇਨ ਕਰਨ, ਗਰਾਊਂਡ ਜੁਆਇਨ ਕਰਨ, ਸਪੋਰਟਸ ਵਿੱਚ ਆਪਦੇ ਆਪ ਨੂੰ ਅੱਗੇ ਦੇ ਲੈ ਕੇ ਆਉਣ ਜੀ। ਕਿੰਨੀ ਉਮਰ ਹੈ ਇਸ ਲੜਕੇ ਦੀ ਜੀ? ਉਮਰ ਹੈ 1 ਸਾਲ ਦੀ ਉਮਰ ਹੈ ਤੇ ਅੰਦਾ ਵੇਟ ਹੈ ਜੀ, ਪੰਜਾਬ ਦੇ ਤੋਂ ਡਬਲ ਆਏ ਨੇ ਜੀ, ਡੈਡਲੀਫਟ ਵਿੱਚ ਗੋਲਡ ਮੈਡਲ ਜਿੱਤ ਕੇ ਆਏ। ਹਾਂਜੀ, ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਹੈ ਸਫ਼ਰ ਰਿਹਾ, ਤੁਸੀਂ ਜਿਮ ਦੇ ਨਾਲ ਜੁੜੇ ਅਤੇ ਨਾਲ ਤੁਸੀਂ ਦਿੱਲੀ ਜਾ ਕੇ ਜਿਹੜਾ ਹੈ ਉਹ ਫਸਟ ਪ੍ਰਾਈਜ਼ ਜਿੱਤਿਆ? ਬਸ ਵਧੀਆ ਜੀ, ਲੜਕੀਆਂ ਨੂੰ ਭਾਜੀ ਨਾਲ ਨੇ ਆਪਣੇ ਸਾਰਾ ਕੁਝ ਕਰ ਦਿੰਦੇ ਨੇ, ਹੈਲਪ ਪੂਰੀ ਕਰਦੇ ਨੇ ਆਪਣੀ ਜੀ, ਬਸ ਖੁਸ਼ੀ ਹੁੰਦੀ ਹੈ ਭਾਜੀ ਦੀ ਜਿਮ ਜੁਆਇਨ ਕਰਕੇ ਮੈਨੂੰ, ਅਤੇ ਦਿੱਲੀ ਨੂੰ ਆਪਾਂ ਲੈ ਕੇ ਆਏ ਗੋਲਡ ਮੈਡਲ। ਇਸੇ ਤਰ੍ਹਾਂ ਜੀ, ਇੱਕ ਪਿਛਲੇ ਮੰਥ ਵੀ ਇੱਕ ਆਪਣਾ ਹੀ ਫਾਜ਼ਿਲਕਾ ਦਾ ਮੁੰਡਾ, ਮੇਰੇ ਸਟੂਡੈਂਟ ਸੀ ਉਹ, ਜਿਹਦਾ ਨਾਮ ਸੂਰਜ ਰੱਖਿਆ ਸੀ, ਉਹ ਸੂਰਜ ਵੀ ਡੈਡਲੀਫਟ ਵਿੱਚ ਨਾਮ ਗੋਲਡ ਮੈਡਲ ਜਿੱਤ ਕੇ ਲਿਆ ਜੀ।
ਤਾਂ ਬੜੀ ਖੁਸ਼ੀ ਦੀ ਗੱਲ ਹੈ, ਬੜੀ ਮਾਣ ਵਾਲੀ ਗੱਲ ਹੈ ਕਿ ਗੋਲਡ ਮੈਡਲ ਜੋ ਹੈ ਫਾਜ਼ਿਲਕਾ ਦੇ ਹਿੱਸੇ ਆਇਆ ਹੈ, ਉਹ ਵੀ ਬੋਡੀ ਬਿਲਡਿੰਗ ਦੇ ਵਿੱਚ। ਜੇਕਰ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਦੇ ਕਾਫੀ ਨੌਜਵਾਨ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਆਪਦੇ ਆਪ ਨੂੰ ਉਹ ਪਾ ਰਹੇ ਹੈ ਅਤੇ ਨਾਲ ਜਿਹੜਾ ਨਸ਼ਿਆਂ ਤੋਂ ਦੂਰ ਰਹਿ ਰਹੇ ਹੈ। ਬਹੁਤ ਅੱਛਾ ਇੱਕ ਮੈਸੇਜ ਹੈ ਕਿ ਇੱਕ 17 ਸਾਲ ਦਾ ਨੌਜਵਾਨ ਜੋ ਅੱਜ ਕੱਲ੍ਹ ਦੀ ਪੀੜ੍ਹੀ ਜਿਹੜੀ ਹੈ ਉਹ ਨਸ਼ਿਆਂ ਵੱਲ ਜਾ ਰਹੀ ਹੈ, ਤਾਂ ਇੱਕ ਬਹੁਤ ਅੱਛਾ ਮੈਸੇਜ ਹੈ ਕਿ ਨਸ਼ਿਆਂ ਨੂੰ ਛੱਡ ਕੇ ਬੋਡੀ ਬਿਲਡਿੰਗ ਦੇ ਵੱਲ ਧਿਆਨ ਦਿੱਤਾ ਜਾਵੇ, ਆਪਦੇ ਸਰੀਰ ਦਾ ਧਿਆਨ ਦਿੱਤਾ ਜਾਵੇ ਅਤੇ ਨਾਲ ਜਿਹੜਾ ਆਪਦੇ ਫਾਜ਼ਿਲਕਾ ਦਾ, ਆਪਦੇ ਮਾਂ ਪਿਓ ਦਾ ਅਤੇ ਨਾਲ ਹੀ ਜਿਹੜਾ ਉਹ ਸ਼ਹਿਰ ਨਿਵਾਸੀਆਂ ਦਾ ਮਾਣ ਵਾਲਾ ਜੋ ਇਹ ਤੁਸੀਂ ਦੇਖ ਰਹੇ ਹੋ ਫਕਰ ਵਾਲਾ ਇੱਕ ਸਮਾਂ, ਜਿਹੜਾ ਇੱਕ ਗੋਲਡ ਮੈਡਲ ਨਾਲ ਜਿਹੜਾ ਉਹਨਾਂ ਦੇ ਵੱਲੋਂ ਇੱਕ ਸਰਟੀਫਿਕੇਟ ਉਹਨਾਂ ਨੂੰ ਦਿੱਤਾ ਗਿਆ ਅਤੇ ਨਾਲ ਜਿਹੜੇ ਇੱਕ ਟਰੋਫੀ ਵੀ ਉਹ ਜਿੱਤ ਕੇ ਲਏ ਹੈ, ਅਤੇ ਬੜੀ ਖੁਸ਼ੀ ਦੀ ਗੱਲ ਹੈ ਫਾਜ਼ਿਲਕਾ ਵਾਸੀਆਂ ਵਾਸਤੇ। ਇਹ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਜਿਹੜੇ ਆ ਲਗਾਤਾਰ ਫਾਜ਼ਿਲਕਾ ਦੀਆਂ ਅਪਡੇਟ ਦਿੰਦੇ ਰਹਾਂਗੇ ਅਸੀਂ। ਬਣੇ ਰਹੋ ਸਰਦ ਕੇਸਰੀ ਲਾਈਵ ਦੇ ਨਾਲ। ਧੰਨਵਾਦ ਜੀ।